मूसेवाला दे कतलकांड मामले दे नाल जुड़ी वड्डी खबर आई सामने। कतलकांड करन वाले सारे मुलजमान नू अज कोर्ट दे विच कीता जावेगा पेश। हाई सिक्योरिटी दे तहत ही कीता जावेगा उन्हां नू पेश ते देखना होवेगा कि कोर्ट दे वल्लों की कुछ लिया जांदा है फैसला। ਤਾਂ ਇਸ ਵੇਲੇ ਦੀ ਖਬਰ ਜਿਹੜੀ ਹੈ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਦੇ ਅਜਿਹੇ ਕਈ ਮੁਲਜ਼ਮ ਨੇ ਜਿਨ੍ਹਾਂ ਨੂੰ ਹਲੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਜਿਨ੍ਹਾਂ ਦੇ ਉੱਤੇ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਰਜ ਜਿਹੜਾ ਆ ਉਹ ਆਇਦ ਨਹੀਂ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਹੁਣ ਕੋਰਟ ਨੇ ਆਦੇਸ਼ ਦਿੱਤੇ ਸੀਗੇ ਪੁਲਿਸ ਨੂੰ ਕਿ ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਨੇ ਉਹ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣ ਚਾਹੇ ਉਹ ਫਿਜ਼ੀਕਲੀ ਕੀਤੇ ਜਾਣ ਤੇ ਚਾਹੇ ਉਹ ਵਰਚੁਅਲੀ ਕੀਤੇ ਜਾਣ ਪਰ ਕਿਸੇ ਵੀ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਦਰਅਸਲ ਕੀ ਹੈ ਕਿ ਅਜਿਹੇ ਮੁਲਜ਼ਮ ਨੇ ਜਿਹੜੇ ਕਿ ਹਲੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਨੇ। ਜੇਕਰ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਅਲੱਗ ਅਲੱਗ ਮਾਮਲਿਆਂ ਦੇ ਵਿੱਚ ਉਸਦਾ ਨਾਮ ਦਰਜ ਹੈ ਤਾਂ ਲਗਾਤਾਰ ਉਸਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਂਦਾ ਰਿਹਾ। ਪਰ ਜੇਕਰ ਬਾਕੀ ਗੈਂਗਸਟਰਾਂ ਦੀ ਗੱਲ ਕੀਤੀ ਜਾਏ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤਾਂ ਉਹ ਹਲੇ ਤੱਕ ਗ੍ਰਿਫਤਾਰ ਨੇ, ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਵੇਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇੱਕ ਵੱਡਾ ਸਵਾਲ ਬਣਿਆ ਹੋਇਆ ਕਿਉਂਕਿ ਉਹਨਾਂ ਨੂੰ ਪੇਸ਼ ਕਰਨ ਦੇ ਲਈ ਇੱਕ ਹਾਈ ਸਿਕਿਉਰਿਟੀ ਚਾਹੀਦੀ ਹੈ ਤਾਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਚਾਹੀਦੇ ਨੇ ਤਾਂ ਮਾਨਸਾ ਦੀ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਤਾਂ ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਨੇ ਪੇਸ਼ ਕੀਤੇ ਜਾਣਗੇ ਅਤੇ ਲੱਗਦਾ ਹੈ ਕਿ ਕੋਰਟ ਕੁਝ ਫੈਸਲਾ ਅੱਜ ਸੁਣਾ ਸਕਦੀ ਹੈ। ਪਰ ਕਿਤੇ ਨਾ ਕਿਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਉਹਨਾਂ ਗੈਂਗਸਟਰਾਂ ਨੂੰ ਪੇਸ਼ ਕਰਨ ਦੇ ਲਈ ਇੱਕ ਹਾਈ ਸਿਕਿਉਰਿਟੀ ਚਾਹੀਦੀ ਹੈ ਜੋ ਕਿਸੇ ਵੀ ਤਰੀਕੇ ਦਾ ਹਲੇ ਤੱਕ ਪ੍ਰਬੰਧ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਪਰ ਵੱਡਾ ਸਵਾਲ ਇਹੀ ਹੈ ਕਿ ਕਿਵੇਂ ਪੇਸ਼ ਕੀਤਾ ਜਾਵੇਗਾ ਉਹਨਾਂ ਗੈਂਗਸਟਰਾਂ ਨੂੰ। ਅਤੇ ਨਾਲ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਹੁਣਾਂ ਦੇ ਵੱਲੋਂ ਸਵੇਰੇ ਟਵੀਟ ਕਰਕੇ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਦੁੱਖ ਸਾਂਝਾ ਕੀਤਾ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਗਏ ਹੋਏ ਤਕਰੀਬਨ ਇੱਕ ਸਾਲ ਹੋ ਚੁੱਕੇ ਨੇ ਪਰ ਹਲੇ ਤੱਕ ਵੀ ਉਡੀਕ ਹੈ ਇਨਸਾਫ ਦੀ। ਪਰ ਉਹਨਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਸੀਗੇ ਗਏ ਸੀਗੇ ਸਰਕਾਰ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ ਕਿ ਜਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਤਰੀਕੇ ਦੀ ਕਿਸੇ ਵੀ ਤਰ੍ਹਾਂ ਦੇ ਨਾਲ ਕਾਰਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਪਰ ਦੱਸਿਆ ਜਾ ਰਿਹਾ ਕਿ ਮਾਨਸਾ ਦੀ CJN ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਤਾਂ ਵੱਡੇ ਵੱਡੇ ਗੈਂਗਸਟਰਾਂ ਦੇ ਨਾਮ ਨੇ ਤਾਂ ਹਰ ਇੱਕ ਉਸ ਮੁੱਦੇ ਦੇ ਉੱਤੇ ਚਰਚਾ ਹੁੰਦੀ ਰਹੀ ਹੈ। ਹਰ ਇੱਕ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੇ ਮੁਖਾਤਿਬ ਜ਼ਰੂਰ ਹੁੰਦੇ ਰਹੇ ਹਾਂ ਕਿ ਕਿਵੇਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਕਿਵੇਂ ਹਥਿਆਰਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿਵੇਂ ਫਿਰ ਗੱਡੀਆਂ ਉਸਦਾ ਪਿੱਛਾ ਕਰਦੀਆਂ ਨੇ ਤਾਂ ਕਿੰਨੇ ਕਿੰਨੇ ਜਾਣੇ ਉਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਮ ਦਰਜ ਨੇ, ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਬੰਦ ਨੇ ਗੈਂਗਸਟਰ, ਤਾਂ ਉਹਨਾਂ ਨੂੰ ਕਿਵੇਂ ਪੇਸ਼ ਕੀਤਾ ਜਾਵੇਗਾ ਵੱਡਾ ਸਵਾਲ ਖੜਾ ਹੋ ਜਾਂਦਾ। ਪਰ ਕੋਰਟ ਨੇ ਆਦੇਸ਼ ਦਿੱਤੇ ਸੀਗੇ ਕਿ ਉਹਨਾਂ ਗੈਂਗਸਟਰਾਂ ਨੂੰ, ਉਹਨਾਂ ਮੁਲਜ਼ਮਾਂ ਨੂੰ ਕੋਰਟ ਦੇ ਵਿੱਚ ਜ਼ਰੂਰ ਪੇਸ਼ ਕੀਤਾ ਜਾਵੇ, ਸੁਣਿਆ ਜਾਵੇਗਾ ਕਿ ਆਖਿਰਕਾਰ ਕਿਸ ਦਾ ਕੀ ਕਸੂਰ ਹੈ। ਅਤੇ ਨਾਲ ਦੇ ਨਾਲ ਹੀ ਵੱਡਾ ਸਵਾਲ ਹੈ ਕਿ ਵੱਡੀ ਸਿਕਿਉਰਿਟੀ ਚਾਹੀਦੀ ਹੈ ਜੋ ਹਲੇ ਤੱਕ ਵੀ ਮਾਨਸਾ ਦੇ ਕੋਰਟ ਦੇ ਵਿੱਚ ਇਹ ਸੁਰੱਖਿਅਤ ਨਹੀਂ ਦੱਸਿਆ ਜਾ ਰਿਹਾ, ਹਲੇ ਤੱਕ ਵੀ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ ਨੇ। ਪਰ ਉਮੀਦ ਹੈ ਜਤਾਈ ਜਾ ਰਹੀ ਹੈ ਮਾਪਿਆਂ ਦੇ ਵੱਲੋਂ ਕਿ ਕੁਝ ਨਾ ਕੁਝ ਦਾ ਫੈਸਲਾ ਅੱਜ ਕੋਰਟ ਦੇ ਵੱਲੋਂ ਲਿਆ ਜਾਵੇਗਾ। ਦੇਖਣਾ ਹੋਵੇਗਾ ਕਿ ਆਖਿਰਕਾਰ ਹੋਰ ਕੀ ਕੁਝ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ। ਪਰ ਲਗਾਤਾਰ ਗੁੱਥੀ ਉਲਝਦੀ ਹੋਈ ਨਜ਼ਰ ਆ ਰਹੀ ਹੈ। ਦੇਖਣਾ ਹੋਵੇਗਾ ਕਿ ਆਖਿਰਕਾਰ ਕਿਵੇਂ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾਂਦੀ ਹੈ ਅਤੇ ਕਿਵੇਂ ਕੋਰਟ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ। A to Z ਸਮੱਸਿਆਵਾਂ ਦਾ ਸਮਾਧਾਨ, ਵਰਲਡ ਫੇਮਸ ਅਤੇ ਤੰਤਰ ਮੰਤਰ ਦੇ ਮਾਹਿਰ ਬਾਬਾ ਕਬੀਰ ਜੀ। ਕਾਲ ਜਾਂ ਵਟਸਐਪ 9667368628। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ 11 ਘੰਟਿਆਂ 'ਚ ਫਟਾਫਟ 101% ਸਮਾਧਾਨ। ਕਾਲੇ ਇਲਮ ਦੀ ਘਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ। ਕੀਤਾ ਕਰਾਇਆ ਜਾਦੂ ਟੂਣਾ, ਮਨਚਾਹਿਆ ਪਿਆਰ, ਵਸ਼ੀਕਰਨ, ਮੁਠਕਰਨੀ ਕਰਵਾਓ ਜਾਂ ਤੁੜਵਾਓ। ਨੌਕਰੀ ਕਾਰੋਬਾਰ 'ਚ ਰੁਕਾਵਟਾਂ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਘਰ 'ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ। ਨੋਟ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਾਓ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ 'ਚ। ਕਾਲ ਜਾਂ ਫਿਰ ਵਟਸਐਪ 9667368628।